ਤਾਂ ਸਾਈਡ ਤੋਂ ਕੱਢ ਦਿੰਦੇ, ਸਾਈਡ ਕਰਵਾ ਕੇ ਆ ਜਾਓ, ਪਿੱਛੇ ਕਰਾ ਲਓ ਬਿਲਕੁਲ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਜਾਮ ਲਗਾਇਆ ਗਿਆ ਵਾ ਔਰ ਮੇਰੇ ਨਾਲ ਇਸ ਵੇਲੇ ਜਿਹੜੇ ਪ੍ਰਧਾਨ ਹੈਗੇ ਨੇ ਉਹ ਮੇਰੇ ਨਾਲ ਮੌਜੂਦ ਨੇ। ਤੁਸੀਂ ਦੇਖੋ ਪੁਲਿਸ ਪ੍ਰਸ਼ਾਸਨ ਗੱਡੀ ਲੈ ਆਓ ਅੱਗੇ ਭਾਜੀ ਲਗਾ ਦੇ ਉਹ ਇਜਾਜ਼ਤ ਲੈ ਕੇ ਆ ਗਏ ਲੈ ਆਓ ਕਰ ਲਓ ਕੀ ਗੱਡੀ ਅੱਗੇ ਲੈ ਆਓ ਫਿਰ ਕਰ ਲਾਂਗੇ ਨਾ ਗੱਡੀ ਅੱਗੇ ਲੈ ਉਹ ਨਾ ਇੱਕ ਪੇਸ਼ੈਂਟ ਹੈ ਐਂਬੂਲੈਂਸ ਦੇ ਵਿੱਚ ਪੇਸ਼ੈਂਟ ਹੈ ਉਸ ਨੂੰ ਕਢਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ ਤੇ ਜਨਾ ਪਲਸਟਰ ਲੱਗਾ ਜੇ ਕੀ ਕਹਿੰਦੇ ਚਾਹੁੰਦੇ ਪੇਸ਼ੈਂਟ ਆ ਮੈਂ ਚਲੋ ਮਰੀਜ਼ਾਂ ਨੇ ਤਾਂ ਘੱਟੋ ਘੱਟ ਲੰਘਣ ਦੇਣ ਦੋ ਇਸ ਦੀ ਮਜਬੂਰੀ ਹੈ ਹੁਣ ਡੀਐਮਸੀ ਜਾਣਾ ਗੁਰਦਾਸਪੁਰੋਂ ਆਏ ਆ ਲੈ ਆਓ ਭਾਈ ਅੱਗੇ ਲੈ ਆਓ ਆਹ ਲਿਆਤੀ ਜੇ ਗੱਡੀ ਆ ਬਿਲਕੁਲ ਵੇਖੋ ਲੱਗੀ ਜੇ ਘੱਟੋ ਘੱਟ ਪੇਸ਼ੈਂਟ ਆ ਵੇਖੋ ਪਲਸਟਰ ਲੱਗਾ ਅੱਜ ਕੱਲ੍ਹ ਜਿਹੜਾ ਵੀ ਆਦਮੀ ਨਿੱਜ ਸਵਾਰਥ ਵਾਲਾ ਹੋ ਗਿਆ ਅੱਜ ਲੋਕ ਤੁਸੀਂ ਕਹਿੰਦੇ ਖਰਾਬ ਹੋ ਰਹੇ ਆ ਪਰ ਜਿਹੜਾ ਕੱਲ੍ਹ ਬੱਚਾ ਸ਼ੁਭ ਕਰਮਦੀਪ ਸਿੰਘ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਉਹਦਾ ਹਾਲ ਪੁੱਛ ਕੇ ਜਾ ਕੇ ਦੇਖੋ ਉਹਦਾ ਵੀ ਹਾਲ ਪੁੱਛ ਕੇ ਦੇਖੋ ਅੱਜ ਉਹਨਾਂ ਦੇ ਘਰ 'ਚ ਕੀ ਆ ਦੋ ਭੈਣਾਂ ਦਾ ਇਕੱਲਾ ਹੀ ਭਰਾ ਆ ਉਹਨੂੰ ਵੀ ਪੁੱਛੋ ਜਾ ਕੇ ਉੱਥੇ ਉਹਨਾਂ ਦੇ ਪਰਿਵਾਰ 'ਤੇ ਕੀ ਬੀਤੀ ਆ ਕੀ ਗੱਲ ਅੱਜ ਅਸੀਂ 2 ਘੰਟੇ ਉਹਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅਸੀਂ ਰੋਕ ਖੜ ਨਹੀਂ ਸਕਦੇ ਜਦੋਂ ਟੂਲ ਪਲਾਜੇ ਅਸੀਂ ਫ੍ਰੀ ਕੀਤੇ ਆ ਹਫ਼ਤੇ ਤੋਂ ਬੜੇ ਲੋਕ ਖੁਸ਼ ਹੋ ਕੇ ਲੰਘਦੇ ਆ ਬਈ ਕਿਸਾਨਾਂ ਨੇ ਬੜਾ ਵਧੀਆ ਕੰਮ ਕੀਤਾ ਅੱਜ ਅਸੀਂ ਵੀ ਤਾਂ ਉਹਦੇ ਜਿਹੜਾ ਉਹਨੂੰ ਸ਼ਹੀਦ ਕੀਤਾ ਗਿਆ ਸਰਕਾਰ ਨੇ ਉਹ ਭਾਜਪਾ ਸਰਕਾਰ ਨੇ ਉਹਨੂੰ ਗੋਲੀਆਂ ਮਾਰੀਆਂ ਉਹਦੇ ਸੋਗ ਵਜੋਂ ਇੱਥੇ ਖੜ੍ਹੇ ਹਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹਦੇ ਘਰ ਕਹਿੰਦੇ ਦੂਜੇ ਦੇ ਘਰ ਬਸੰਤ ਰਿਹਾ ਉਹਦਾ ਸਾਥ ਦਿਓ ਉਹ ਰੋਡ 'ਤੇ ਖੜ੍ਹ ਕੇ ਉਹਨੂੰ ਸ਼ਰਧਾ ਦੇ ਫੁੱਲ ਭੇਟ ਕਰੋ ਕਿੰਨੀ ਦੇਰ ਚੱਲੂਗਾ 11 ਤੋਂ 2 ਵਜੇ ਦੇ ਬਾਕੀ ਜਿਹੜੀ ਐਮਰਜੈਂਸੀ ਸਰਵਿਸ ਚੱਲਦੀ ਹੈ ਬਿਲਕੁਲ ਰੱਖਿਆ ਜੀ ਬਿਲਕੁਲ ਰੱਖਿਆ